ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦਾ ਪੰਜਾਬ ਟੀਵੀ ਤੇ ਮੈਂ ਆ ਜੱਜ ਸਿੰਘ ਚਾਹਲ। ਲੁਧਿਆਣਾ ਵਿੱਚ ਕਥਿਤ ਤੌਰ ਤੇ ਹੋਏ CLU ਘਪਲੇ ਦੇ ਵਿੱਚ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਹੁਣ ਕਸੂਤੇ ਫਸਦੇ ਦਿਖਾਈ ਦੇ ਰਹੇ ਨੇ ਅਤੇ ਆਮ ਆਦਮੀ ਪਾਰਟੀ ਉਹਨਾਂ ਦਾ ਪਿੱਛਾ ਛੱਡਦੀ ਦਿਖਾਈ ਨਹੀਂ ਦੇ ਰਹੀ ਹੈ। ਹੁਣ ਆਮ ਆਦਮੀ ਪਾਰਟੀ ਨੇ ਇੱਕ ਵਾਰ ਫਿਰ ਤੋਂ ਭਾਰਤ ਭੂਸ਼ਣ ਆਸ਼ੂ ਦੇ ਘਰ ਦੇ ਬਾਹਰ ਆਪਣਾ ਧਰਨਾ ਦਿੱਤਾ ਹੈ ਅਤੇ ਇਸ ਵੇਲੇ ਕੀ ਕਹਿਣਾ ਸੀ ਸਰਬਜੀਤ ਕੌਰ ਮਾਣੂਕੇ ਦਾ, ਸਭ ਤੋਂ ਪਹਿਲਾਂ ਤੁਹਾਨੂੰ ਉਹ ਸੁਣਾ ਦਿੰਦੇ ਹਾਂ। ਸਿੱਧੂ ਸਾਹਿਬ ਨੇ ਆਪ ਹੀ ਇਨਕੁਆਇਰੀ ਮਾਰਕ ਕੀਤੀ ਸੀ, ਵਿਜੀਲੈਂਸ ਦੀ ਇਨਕੁਆਇਰੀ ਆਈ ਸੀ, ਮੀਡੀਆ ਰਾਹੀਂ ਸਾਨੂੰ ਪਤਾ ਲੱਗਿਆ ਕਿ ਇਨਕੁਆਇਰੀ ਦੇ ਵਿੱਚ CLU ਰਿਪੋਰਟ ਤੇ ਰਜਿਸਟਰੀ ਦੇ ਵਿੱਚ ਵੱਡਾ ਫਰਾਡ ਹੈ। ਅਸੀਂ ਵਿਧਾਨ ਸਭਾ ਦੇ ਵਿੱਚ, ਮੇਰੇ ਨਾਲ ਚੇਅਰਮੈਨ ਸਾਹਿਬ ਵੀ ਬੈਠ ਖੜੇ ਆ, ਅਸੀਂ ਵਿਧਾਨ ਸਭਾ ਦੇ ਵਿੱਚ ਜ਼ੋਰ ਸ਼ੋਰ ਨਾਲ ਇਹਦੀ ਆਵਾਜ਼ ਚੱਕੀ ਵੀ ਸਾਨੂੰ ਇਹ ਦੱਸਿਆ ਜਾਵੇ ਵੀ ਮੀਡੀਆ ਬੋਲ ਰਿਹਾ ਤੁਹਾਡੀ ਵਿਜੀਲੈਂਸ ਦੀ ਇਨਕੁਆਇਰੀ ਆ ਚੁੱਕੀ ਹੈ, ਤੁਹਾਡਾ ਮੰਤਰੀ ਜਿਹੜਾ ਇਸ ਚੀਜ਼ ਦੇ ਵਿੱਚ ਸ਼ਰੇਆਮ ਕਹਿ ਰਿਹਾ ਵੀ ਇਸ ਚੀਜ਼ ਨੂੰ ਸਿਆਸੀ ਸ਼ਹਿ ਆ ਤੇ ਤੁਸੀਂ ਐਕਸ਼ਨ ਕਦੋਂ ਲਵਾਂਗੇ। ਸਿੱਧੂ ਸਾਹਿਬ ਆਪਣੇ ਆਪ ਨੂੰ ਬੜੇ ਇਮਾਨਦਾਰ ਉਸ ਦਿਨ ਦਿਖਾ ਰਹੇ ਸੀ, ਕਹਿੰਦੇ ਮੰਤਰੀ ਹੋਵੇ ਜਾਂ ਸ਼ੰਤਰੀ ਮੈਂ ਤਾਂ ਟੰਗ ਦੂ, ਪਰ ਉਸ ਚੀਜ਼ ਤੋਂ ਬਾਅਦ ਅਗਲੇ ਦਿਨ ਹੀ ਸਾਡੇ ਕੋਲ ਕੁਛ ਐਸੀਆਂ ਆਡੀਓਜ਼ ਆ ਗਈਆਂ ਜਿਹਦੇ ਤੋਂ ਸਾਫ਼ ਪਤਾ ਲੱਗਦਾ ਮੰਤਰੀ ਕਹਿ ਰਿਹਾ ਮੈਂ ਹਾਈਕੋਰਟ ਦੇ ਨਿਯਮਾਂ ਨੂੰ ਛਿੱਕੇ ਟੰਗ ਦਾ, ਮੈਂ ਟੱਚ ਨਹੀਂ ਸਮਝਦਾ, ਮੈਂ ਰਿਪੋਰਟਾਂ ਬਦਲ ਦੂ। ਤੁਸੀਂ ਅਸਤੀਫਾ ਲਓ ਆਪਣੇ ਮੰਤਰੀ ਤੋਂ, ਜਿਹੜਾ ਹਾਈਕੋਰਟ ਨੂੰ ਨਹੀਂ ਸਮਝਦਾ ਉਹ ਇੱਥੋਂ ਦੀ ਨਗਰ ਨਿਗਮ ਨੂੰ ਕੀ ਸਮਝੂਗਾ, ਤੇ ਤੁਸੀਂ ਅਸਤੀਫਾ ਲੈ ਕੇ ਜਾਂਚ ਕਰੋ। ਜੇ ਉਹ ਦੁਆਰਾ ਬਾਇਜ਼ਤ ਬਰੀ ਹੁੰਦੇ ਆ ਇਸ ਚੀਜ਼ ਤੋਂ ਤੁਹਾਡੀ ਜਾਂਚ ਤੋਂ, ਤੁਸੀਂ ਪਾਲ ਕਰੋ, ਸਾਨੂੰ ਕੋਈ ਓਬਜੈਕਸ਼ਨ ਨਹੀਂ। ਸਰਬਜੀਤ ਕੌਰ ਮਾਣੂਕੇ ਦੇ ਨਾਲ ਨਾਲ ਆਮ ਆਦਮੀ ਪਾਰਟੀ ਦੇ ਇਸ ਧਰਨੇ ਦੇ ਵਿੱਚ ਪ੍ਰਿੰਸੀਪਲ ਬੁੱਧਰਾਮ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਵੀ ਪਹੁੰਚੇ ਸਨ ਅਤੇ ਚੀਮਾ ਨੇ ਭਾਰਤ ਭੂਸ਼ਣ ਆਸ਼ੂ ਨੂੰ ਲੁਧਿਆਣਾ ਦਾ ਲੈਂਡ ਮਾਫੀਆ ਦਾ ਸਿਆਸੀ ਗੁਰੂ ਵੀ ਕਹਿ ਦਿੱਤਾ ਹੈ। ਪੰਜਾਬ ਦੀ ਕੈਬਨਿਟ ਦਾ ਮਿਨਿਸਟਰ ਭਾਰਤ ਭੂਸ਼ਣ ਆਸ਼ੂ ਜਿਹੜਾ ਹੈਗਾ ਉਹ ਲਗਾਤਾਰ CLU ਦੇ ਕਪੜਾ ਲੁਧਿਆਣੇ 'ਚ ਹੋ ਰਿਹਾ ਔਰ ਲੁਧਿਆਣੇ ਦੇ ਵਿੱਚ ਬਹੁਤ ਵੱਡਾ ਲੈਂਡ ਮਾਫੀਆ ਬਣਿਆ ਹੋਇਆ। ਉਹਦਾ ਸਿਆਸੀ ਜਿਹੜਾ ਹੈਗਾ ਗੁਰੂ ਆ ਉਹ ਭਾਰਤ ਭੂਸ਼ਣ ਆਸ਼ੂ ਆ, ਉਸ ਭਾਰਤ ਭੂਸ਼ਣ ਆਸ਼ੂ ਦਾ ਅਸਤੀਫਾ ਆਉਣਾ ਚਾਹੀਦਾ। ਉਸ ਗੱਲ ਤੋਂ ਲੈ ਕੇ ਅੱਜ ਤੱਕ ਅਸੀਂ ਲਗਾਤਾਰ ਵੱਖ ਵੱਖ ਤਰੀਕਿਆਂ ਦੇ ਨਾਲ ਪ੍ਰਦਰਸ਼ਨ ਕਰ ਰਹੇ ਹਾਂ ਤਾਂ ਕਿ ਸਰਕਾਰ ਨੂੰ ਮਜਬੂਰ ਕਰੀਏ ਕਿ ਅਜਿਹੇ ਭ੍ਰਿਸ਼ਟ ਜਿਹੜਾ ਮੰਤਰੀ ਆ ਉਹਨੂੰ ਬਰਖਾਸਤ ਕੀਤਾ ਜਾਵੇ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਇਸ ਧਰਨੇ ਦਾ ਜਵਾਬ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਮਮਤਾ ਨੇ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਉਸ DSP ਦੀ ਵੀ ਇਨਕੁਆਇਰੀ ਹੋਣੀ ਚਾਹੀਦੀ ਹੈ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਨਾ ਹੋ ਹੱਲਾ ਮਚਾਇਆ ਹੋਇਆ। ਲੁਧਿਆਣੇ ਦੇ ਇੱਕ ਬੰਦੇ ਤੋਂ ਪੁੱਛ ਲਓ ਕਿ ਆਸ਼ੂ ਜੀ ਓਨੈਸਟ ਹੈ ਕਿ ਜੋ ਇਹ ਕਹਿ ਰਹੇ ਆ ਉਹ ਸੱਚ ਹੈਗਾ। ਪਹਿਲਾ ਗੱਲ ਤਾਂ ਜਿਹੜੇ DSP ਦੀ ਇਹ ਫੇਵਰ ਕਰ ਰਹੇ ਆ ਉਸ DSP ਦੀ ਇਨਕੁਆਇਰੀ ਖੁਲਵਾ ਲਓ, ਆਸ਼ੂ ਜੀ ਦੀ ਬਾਅਦ 'ਚੋਂ ਖੁਲਵਾਉਣਾ। ਦੂਸਰੀ ਗੱਲ, ਜਦੋਂ ਵਿਧਾਨ ਸਭਾ ਨੇ ਇੱਕ ਕਮੇਟੀ ਬਣਾ ਦਿੱਤੀ ਹੈਗੀ ਹੈ ਜਿਹਦੀ ਕਿ ਆਸ਼ੂ ਜੀ ਨੇ ਹੀ ਮੰਗ ਕੀਤੀ ਸੀਗੀ, ਉਸ ਕਮੇਟੀ ਬਣਨ ਤੋਂ ਬਾਅਦ ਇਹ ਕੰਸਟੀਟਿਊਸ਼ਨ ਤੋਂ ਉੱਪਰ ਹੈਗੇ ਜਿਹੜੇ ਧਰਨੇ ਲਾਉਣ ਆ ਗਏ, ਹਾਲੇ ਤੱਕ ਤਾਂ ਉਹਨੇ ਕਮੇਟੀ ਨੇ ਕੋਈ ਫੈਸਲਾ ਨਹੀਂ ਦਿੱਤਾ। ਤੀਸਰੀ ਗੱਲ, CLU ਕੇਸ 'ਚ ਕਿੱਥੇ ਆਸ਼ੂ ਜੀ ਇਨਵੋਲਵ ਹੈ ਮੈਨੂੰ ਇਹ ਵੀ ਦੱਸ ਦੇਣ। ਜਦੋਂ ਇਹਨਾਂ ਤੋਂ ਪੁੱਛਣ ਜਾਓ ਉਦੋਂ ਤਾਂ ਨਾਰੇ ਲਾ ਕੇ ਵਾਪਸ ਚਲੇ ਜਾਂਦੇ, ਕੋਈ ਜਵਾਬ ਨਹੀਂ ਹੁੰਦਾ, ਤੁਸੀਂ ਲੋਕ ਵੀ ਉੱਥੇ ਹੀ ਹੁੰਦੇ ਹੋ। ਲੁਧਿਆਣਾ ਤੋਂ ਕਾਂਗਰਸ CMP ਰਵਨੀਤ ਸਿੰਘ ਬਿੱਟੂ ਨੇ ਵੀ ਆਮ ਆਦਮੀ ਪਾਰਟੀ ਦੇ ਇਸ ਧਰਨੇ ਦਾ ਮਜ਼ਾਕ ਉਡਾਇਆ। ਉਹਨਾਂ ਦਾ ਕਹਿਣਾ ਹੈ ਕਿ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਨੂੰ ਹੋਰ ਕੋਈ ਕੰਮ ਨਹੀਂ ਹੈ। ਮੈਂ ਸਮਝਦਾ ਇਹ ਕੱਲ੍ਹ ਰੋਜ਼ ਆਮ ਆਦਮੀ ਪਾਰਟੀ ਤੀਜੀ ਵਾਰ ਅੱਜ ਆ ਗਿਆ ਇਸੇ ਗੱਲ 'ਤੇ। ਦੋ ਵਾਰ ਉਹਨਾਂ ਨੇ ਵਿਧਾਨ ਸਭਾ 'ਚ ਪਹਿਲਾਂ ਗੱਲ ਕਰ ਲਈ, ਦੋ ਵਾਰ ਆਸ਼ੂ ਦੇ ਘਰ ਆ ਗਏ ਨੇ। ਮੈਨੂੰ ਤਾਂ ਲੱਗਦਾ ਉਹਨਾਂ ਨੂੰ ਹੋਰ ਕੋਈ ਕੰਮ ਹੀ ਨਹੀਂ ਗਾ। ਮੈਂ ਤਾਂ ਬਿਲਕੁਲ ਆਸ਼ੂ ਜੀ ਦੇ ਨਾਲ ਖੜਾ ਹੈ, ਮੇਰੀ ਕਿਉਂ ਨਹੀਂ ਪ੍ਰਕਿਰਿਆ ਜੀ? ਅਸੀਂ ਆਪਣੀ ਕਾਂਗਰਸ ਸਰਕਾਰ ਕੈਪਟਨ ਅਮਰਿੰਦਰ ਸਿੰਘ ਜੀ ਦੇ ਨਾਲ ਹਾਂ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਜੀ ਨੇ ਫਲੋਰ ਆਫ ਹਾਊਸ ਇਹ ਗੱਲ ਕਹੀ ਆ ਵੀ ਇਹਦੇ ਵਿੱਚ ਕੋਈ ਵੀ ਕੋਈ ਵੀ ਕਿਸੇ ਦਾ ਕੋਈ ਕਸੂਰ ਨਹੀਂ, ਕਿਸੇ ਦੀ ਗਲਤੀ ਨਹੀਂ। ਤਾਂ ਕੈਪਟਨ ਅਮਰਿੰਦਰ ਸਿੰਘ ਨੇ, ਸਾਡੇ ਲੀਡਰ ਨੇ, ਚੀਫ ਮਿਨਿਸਟਰ ਨੇ ਆ ਫਲੋਰ ਆਫ ਦੀ ਹਾਊਸ ਕਹਿਤੀ ਇਹ ਗੱਲ, ਉਦੋਂ ਬਾਅਦ ਮੈਂ ਸਮਝਦਾ ਕੋਈ ਗੱਲ ਰਹੀ ਨਹੀਂ ਜਾਂਦੀ। ਉਹ ਤਾਂ ਅਸਤੀਫਾ ਸਾਰੇ ਪੰਜਾਬ ਦਾ ਮੰਗਦੇ ਆ, ਉਹਨਾਂ ਦੇ ਅਸਤੀਫਿਆਂ 'ਤੇ ਕੀ ਕਰੀਏ। ਦਰਅਸਲ ਲੁਧਿਆਣਾ ਦੇ ਵਿੱਚ ਹੋਏ CLU ਘਪਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਦੇ ਵਿੱਚ ਕੈਪਟਨ ਸਰਕਾਰ ਨੂੰ ਘੇਰਿਆ ਸੀ ਅਤੇ ਸਰਬਜੀਤ ਕੌਰ ਮਾਣੂਕੇ ਨੇ ਇਸ ਦੀ ਜਾਂਚ ਦੀ ਮੰਗ ਕੀਤੀ ਸੀ। ਉਸ ਤੋਂ ਬਾਅਦ ਕਿਹਾ ਗਿਆ ਕਿ ਇਸ ਦੀ ਡਿਮਾਂਡ ਖੁਦ ਭਾਰਤ ਭੂਸ਼ਣ ਆਸ਼ੂ ਨੇ ਕੀਤੀ ਕਿ ਮੈਂ ਬਿਲਕੁਲ ਨਿਰਦੋਸ਼ ਹਾਂ, ਮੇਰੀ ਸਰਕਾਰ ਚਾਹੇ ਇਸ ਦੀ ਜਾਂਚ ਕਰਵਾ ਲਵੇ।
ਉਸ ਤੋਂ ਬਾਅਦ ਇੱਕ ਕਮੇਟੀ ਗਠਿਤ ਕੀਤੀ ਗਈ ਸੀ ਅਤੇ ਨਵਜੋਤ ਸਿੰਘ ਸਿੱਧੂ ਦਾ ਇਹ ਮਹਿਕਮਾ, ਇਸ ਕਰਕੇ ਉਹਨਾਂ ਨੇ ਵੀ ਇੱਕ ਵੱਡਾ ਬਿਆਨ ਦਿੱਤਾ ਸੀ ਕਿ ਭਾਵੇਂ ਕੋਈ ਮੰਤਰੀ ਹੋਵੇ ਭਾਵੇਂ ਕੋਈ ਸੰਤਰੀ ਹੋਵੇ, ਜਿਹੜਾ ਵੀ ਦੋਸ਼ੀ ਹੋਇਆ ਉਸ ਨੂੰ ਬਖਸ਼ਿਆ ਨਹੀਂ ਜਾਏਗਾ। ਪਰ ਉਸ ਤੋਂ ਬਾਅਦ ਇਸ ਨੂੰ ਲੈ ਕੇ ਕੋਈ ਵੀ ਸੁੱਧ ਬੁੱਧ ਸਾਹਮਣੇ ਨਹੀਂ ਆਈ, ਕੋਈ ਵੀ ਪ੍ਰਤੀਕਿਰਿਆ ਕਿਸੇ ਦੀ ਵੀ ਸਾਹਮਣੇ ਨਹੀਂ ਆਈ ਕਿ ਉਸ ਕਮੇਟੀ ਦਾ ਕੀ ਬਣਿਆ, ਉਸ ਜਾਂਚ ਦਾ ਕੀ ਬਣਿਆ। ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਕਾਫੀ ਅਗਰੈਸਿਵ ਹੁੰਦੀ ਦਿਖਾਈ ਦੇ ਰਹੀ ਹੈ ਅਤੇ ਲਗਾਤਾਰ ਭਾਰਤ ਭੂਸ਼ਣ ਆਸ਼ੂ ਦੇ ਖਿਲਾਫ ਧਰਨਿਆਂ ਦਾ ਦੌਰ ਲਗਾਤਾਰ ਜਾਰੀ ਹੈ। ਆਮ ਆਦਮੀ ਪਾਰਟੀ ਤੋਂ ਪਹਿਲਾਂ ਪੰਜਾਬ ਏਕਤਾ ਪਾਰਟੀ ਵੀ ਉੱਥੇ ਧਰਨਾ ਦੇ ਚੁੱਕੀ ਹੈ ਲੁਧਿਆਣਾ ਦੇ ਵਿੱਚ। ਉਸ ਤੋਂ ਬਾਅਦ ਲਗਾਤਾਰ ਭਾਰਤ ਭੂਸ਼ਣ ਆਸ਼ੂ 'ਤੇ ਸਵਾਲ ਚੁੱਕੇ ਜਾ ਰਹੇ ਨੇ ਕਿ ਕੀ ਉਹ ਆਪਣਾ ਅਸਤੀਫਾ ਦੇਣਗੇ, ਕਿਉਂਕਿ ਜਾਂਚ ਦੀ ਗੱਲ ਆਖੀ ਜਾ ਰਹੀ ਹੈ। ਪਰ ਆਮ ਆਦਮੀ ਪਾਰਟੀ ਦੇ ਸੁਖਪਾਲ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ DSP ਦੇ ਨਾਲ ਭਾਰਤ ਭੂਸ਼ਣ ਆਸ਼ੂ ਦੀ ਆਡੀਓ ਵਾਇਰਲ ਹੋਈ ਹੈ, ਉਸ ਤੋਂ ਸਾਫ਼ ਜ਼ਾਹਿਰ ਹੋ ਰਿਹਾ ਕਿ ਇਹ ਜਾਂਚ ਨੂੰ ਜ਼ਰੂਰ ਪ੍ਰਭਾਵਿਤ ਕਰਨਗੇ। ਇਸ ਕਰਕੇ ਪਹਿਲਾਂ ਇਹਨਾਂ ਨੂੰ ਮੰਤਰੀ ਦੇ ਅਹੁਦੇ ਤੋਂ ਹਟਾਇਆ ਜਾਣਾ ਚਾਹੀਦਾ, ਉਸ ਤੋਂ ਬਾਅਦ ਹੀ ਜਾਂਚ ਹੋਣੀ ਚਾਹੀਦੀ ਹੈ, ਫਿਰ ਹੀ ਨਿਰਪੱਖ ਜਾਂਚ ਹੋ ਸਕੇਗੀ। ਪਰ ਭਾਰਤ ਭੂਸ਼ਣ ਆਸ਼ੂ ਅਤੇ ਉਹਨਾਂ ਦੀ ਪਤਨੀ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਮੰਤਰੀ ਅਸਤੀਫਾ ਨਹੀਂ ਦੇਣਗੇ। ਤੇ ਰਵਨੀਤ ਸਿੰਘ ਬਿੱਟੂ ਨੇ ਤਾਂ ਆਮ ਆਦਮੀ ਪਾਰਟੀ ਦਾ ਮਜ਼ਾਕ ਹੀ ਉਡਾ ਦਿੱਤਾ। ਅਤੇ ਇੱਕ ਸਵਾਲ ਹੁਣ ਅਸੀਂ ਤੁਹਾਡੇ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਕੀ ਤੁਹਾਨੂੰ ਆਮ ਆਦਮੀ ਪਾਰਟੀ ਦੀ ਭਾਰਤ ਭੂਸ਼ਣ ਆਸ਼ੂ ਦੇ ਅਸਤੀਫੇ ਦੀ ਮੰਗ ਜਾਇਜ਼ ਲੱਗਦੀ ਹੈ? ਕੀ ਤੁਹਾਨੂੰ ਲੱਗਦਾ ਹੈ ਕਿ ਮੰਤਰੀ ਦੇ ਅਹੁਦੇ ਤੋਂ ਹਟ ਕੇ ਜਾਂਚ ਹੋਣੀ ਚਾਹੀਦੀ ਹੈ, ਤਾਂ ਹੀ ਨਿਰਪੱਖ ਜਾਂਚ ਹੋ ਸਕਦੀ ਹੈ? ਇਸ ਬਾਰੇ ਤੁਹਾਡੀ ਜੋ ਵੀ ਰਾਏ ਇਸ ਵੀਡੀਓ 'ਤੇ ਕਮੈਂਟ ਕਰਕੇ ਆਪਣੀ ਰਾਏ ਖੁੱਲ੍ਹ ਕੇ ਬੇਬਾਕ ਹੋ ਕੇ ਜ਼ਰੂਰ ਦਿਓ। ਜੇਕਰ ਤੁਸੀਂ ਇਸੇ ਤਰ੍ਹਾਂ ਪੰਜਾਬ ਦੀ ਹਰ ਖਬਰ ਨੂੰ ਨਿਰਪੱਖਤਾ ਨਾਲ ਦੇਖਦੇ ਰਹਿਣਾ ਚਾਹੁੰਦੇ ਹੋ ਤਾਂ ਪਲੇ ਸਟੋਰ 'ਤੇ ਜਾ ਕੇ ਦ ਪੰਜਾਬ TV ਦੀ ਐਪ ਨੂੰ ਡਾਊਨਲੋਡ ਜ਼ਰੂਰ ਕਰ ਲਓ। YouTube 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ, Facebook 'ਤੇ ਸਾਡਾ ਪੇਜ ਲਾਈਕ ਕਰ ਲਓ। ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫੇਰ ਹਾਜ਼ਰ ਹੋਵਾਂਗਾ। ਤੁਸੀਂ ਦੇਖਦੇ ਰਹੋ ਦ ਪੰਜਾਬ TV, ਹਰ ਖਬਰ ਦਾ ਸੱਚ। ਜੇ ਤੁਸੀਂ ਜਵਾਬ ਲੈ ਕੇ ਦੇ ਸਕਦੇ ਹੋ ਤਾਂ ਤੁਸੀਂ ਲੈ ਕੇ ਦੇ ਦਿਓ, ਤੁਹਾਡੇ ਕੋਲ ਪਾਵਰ ਹੈਗੀ ਹੈ। ਤਿੰਨ ਗੱਲਾਂ ਹੈਗੀਆਂ, CLU 'ਚ ਆਸ਼ੂ ਜੀ ਕਿੱਥੇ ਇਨਵੋਲਵ ਹੈ, ਦੂਸਰੀ ਗੱਲ ਵਿਧਾਨ ਸਭਾ ਤੋਂ ਇਹ ਸਾਰੇ ਜਿੰਨੇ ਵੀ ਧਰਨਾ ਲਾਉਣ ਆ ਰਿਹਾ ਉੱਪਰ ਹੈਗੇ ਆ, ਤੀਸਰੀ ਗੱਲ ਉਹ ਦਿਖਾਉਣ ਫਿਰ ਡਾਕੂਮੈਂਟ ਤੁਹਾਨੂੰ ਅੱਜ ਤੱਕ ਦਿਖਾਈ, ਆਡੀਓ ਕੀ ਹੈ ਕਿ ਕਿਸੇ ਵੀ ਇੱਕ ਪਬਲਿਕ ਦੇ ਨੁਮਾਇੰਦੇ ਦਾ ਕਿਸੇ ਅਫਸਰ ਨੂੰ ਪਬਲਿਕਲੀ ਡਾਂਟਣਾ ਗਲਤ ਹੈ? ਤੁਸੀਂ ਲੋਕ ਹੀ ਕਹਿੰਦੇ ਹੋ ਕਿ ਅਫਸਰ ਕੰਮ ਨਹੀਂ ਕਰਦੇ, ਗਲਤ ਹੈ? ਤੁਸੀਂ ਦੱਸੋ, ਜਿਹੜਾ DSP ਇੰਨੇ ਕੇਸਾਂ 'ਚ ਫਸਿਆ ਹੋਇਆ, ਈਵਨ ਜਾਲੀ ਕਰੰਸੀ ਦੇ ਕੇਸ 'ਚ ਵੀ ਫਸਿਆ ਹੋਇਆ ਹੈਗਾ ਆ, ਕੀ ਉਹਦੀ ਕ੍ਰੈਡੀਬਿਲਟੀ 'ਤੇ ਤੁਸੀਂ ਸੌਂਹ ਖਾ ਸਕਦੇ ਹੋ, ਜਾਂ ਆਮ ਆਦਮੀ ਪਾਰਟੀ ਜਾਂ ਸੁਖਵਾਰ ਖਹਿਰਾ ਖਾ ਸਕਦੀ ਹੈ? ਕਿੰਨੇ ਕੇਸ ਚਾਹੀਦੇ ਆ ਉਹਦੇ 'ਤੇ? ਸਾਡੀ ਹਾਈਕਮਾਂਡ ਜਿੱਦਣ ਕਹੇਗੀ, ਮੈਂ ਵਿਦ ਪਰੂਫ ਓਪੋਜੀਸ਼ਨ ਦੇ ਨਾਲ ਉਹ ਮਿਲ ਕੇ ਸਾਰਾ ਕੁਛ ਕਰ ਰਿਹਾ ਤੁਹਾਨੂੰ ਦੇ ਦੂੰਗੀ। ਪਰ ਸ਼ਰਮ ਵਾਲੀ ਗੱਲ ਇਹ ਆ ਕਿ 22 ਤਰੀਕ ਤੋਂ ਲੈ ਕੇ ਅੱਜ 5 ਤਰੀਕ ਤੱਕ ਅਸੀਂ ਇੱਕ ਵਾਰੀ ਗਵਰਨਰ ਨੂੰ ਵੀ ਮੰਗ ਪੱਤਰ ਦੇ ਚੁੱਕੇ ਹਾਂ, ਸਰਕਾਰ ਦੇ ਕੰਨਾਂ 'ਤੇ ਜੂ ਨਹੀਂ ਸਿੱਟੀ, ਕਿਉਂਕਿ ਸਰਕਾਰ ਦਾ ਆਪਣਾ ਹੀ ਇੱਕ ਬੜਾ ਵੱਡਾ ਮੈਨੂੰ ਲੱਗਦਾ ਇਹ 'ਚ ਇੰਟਰਸਟ ਆ। ਜਦਕਿ ਸਿੱਧੀ ਜੀ ਗੱਲ ਇਹ ਆ ਕਿ ਕੈਪਟਨ ਸਰਕਾਰ ਬਿਨਾਂ ਕੈਪਟਨ ਤੋਂ ਚੱਲ ਰਹੀ ਆ, ਜਿਸ ਨੂੰ ਕੈਪਟਨ ਸਾਹਿਬ ਨੂੰ ਆਪਣੀ ਸਰਕਾਰ ਦੇਖਣ ਦਾ ਟਾਈਮ ਨਹੀਂ ਹੈ, ਅਤੇ ਇਹਨਾਂ ਦੇ ਮੰਤਰੀ ਮਨਮਰਜ਼ੀਆਂ ਕਰਦੇ ਆ, ਜਿਸ ਕਰਕੇ ਆਏ ਦਿਨ ਕਿਸੇ ਨਾ ਕਿਸੇ ਅਫਸਰ ਦੇ ਖਿਲਾਫ਼ ਉਹ ਬੋਲ ਰਹੇ ਹੁੰਦੇ ਆ। ਸਾਡੀ ਅੱਜ ਆਮ ਆਦਮੀ ਪਾਰਟੀ ਦਾ ਪ੍ਰੋਟੈਸਟ ਦਾ ਇੱਕੋ ਹੀ ਮਕਸਦ ਆ ਕਿ ਅਸੀਂ ਸਿੱਧੀ ਪਈ ਸਰਕਾਰ ਨੂੰ ਚੁਕਾਉਣਾ ਚਾਹੁੰਦੇ ਹਾਂ। ਅਸੀਂ ਜਦੋਂ ਸਰਕਾਰ ਦੇ ਵਾਅਦੇ ਕੀਤੇ ਸੀ, ਮੈਨੀਫੈਸਟੋ ਲੈ ਕੇ ਆਏ ਸੀ, ਲੈਂਡ ਮਾਫੀਆ ਦੇ ਅਗੇਂਸਟ ਅਸੀਂ ਲੜਨਾ ਸੀ, ਪਰ ਅੱਜ ਜੇ ਸਾਡੀ ਸਰਕਾਰ ਨਹੀਂ, ਅਸੀਂ ਚੌਂਕੀਦਾਰ ਤਾਂ ਹੈਗੇ ਹਾਂ, ਅਸੀਂ ਇਹਨਾਂ ਦੇ ਲੈਂਡ ਮਾਫੀਆ ਦੇ ਖਿਲਾਫ਼ ਖੜਾਂਗੇ। ਅੱਜ ਤੁਹਾਡੇ ਇਸ ਮੀਡੀਆ ਦੇ ਰਾਹੀਂ ਮੈਂ ਤੁਹਾਨੂੰ ਬੜੇ NRIs ਬੁਲਾਉਂਗੀ ਜਿਹੜੇ ਖੂਨ ਦੇ ਅੱਥਰੂ ਰੋਂਦੇ ਆ, ਸਾਡੀਆਂ ਜ਼ਮੀਨਾਂ ਨੱਪ ਕੇ ਚਲੇ ਗਏ। ਹੁਣ ਤੁਹਾਡੇ ਨਾਲ ਚੇਅਰਮੈਨ ਸਾਹਿਬ ਗੱਲ ਕਰਨਗੇ। ਚੇਅਰਮੈਨ ਸਾਹਿਬ, ਜੇ ਭਾਰਤ ਭੂਸ਼ਣ ਜੀ ਦੀ ਆਡੀਓ ਹੈ ਨਹੀਂ, ਜੇ ਆਡੀਓ ਹੈ ਨਹੀਂ ਫਿਰ ਫੋਰੈਂਸਿਕ ਸਾਇੰਸ ਲੈਬ ਨੂੰ ਕਿਉਂ ਨਹੀਂ ਭੇਜਦੇ ਹੋ? ਉਹ ਆਪ ਐਪਲੀਕੇਸ਼ਨ ਫਾਈਲ ਕਰਨ, ਆਪ ਐਪਲੀਕੇਸ਼ਨ ਫਰ ਕੇ ਦੇਣ ਅਤੇ ਫੋਰੈਂਸਿਕ ਸਾਇੰਸ ਲੈਬ ਉਹਦੀ ਜਾਂਚ ਕਰ ਦੂਣ ਕਿਹਦੀ ਹੋਆ। ਇੱਦਾਂ ਨਹੀਂ ਭਾਰਤ ਭੂਸ਼ਣ ਆਸ਼ੂ ਦੇ ਹੈਂਡਲ ਨਹੀਂ ਹੁੰਦਾ। ਜਾ ਕੇ ਮੈਜਿਸਟਰੇਟ ਸਾਹਿਬ ਦੇ ਆਪਣੇ ਬਿਆਨ ਦਰਜ ਕਰਾਉਣ, ਮੈਜਿਸਟਰੇਟ ਸਾਹਿਬ ਉਹਨਾਂ ਦੋਨੇ ਆਡੀਓ ਕਲਿੱਪ ਨੂੰ, ਜਿਹੜਾ ਦੂਸਰਾ ਵਿਅਕਤੀ ਆ DSP ਆ, ਦੋਨਾਂ ਦੇ ਬਿਆਨ ਨੂੰ ਜਿਹੜਾ ਹੈਗਾ ਕਲਮਬੰਦ ਕਰਕੇ ਔਰ ਉਹਨਾਂ ਦੀ ਵੋਇਸ ਜਿਹੜੀ ਹੈਗੀ ਉਹਦੇ ਸੈਂਪਲ ਲੈ ਕੇ ਫੋਰੈਂਸਿਕ ਸਾਇੰਸ ਨੂੰ ਪੰਜਾਬ ਦੀ ਨੂੰ ਨਹੀਂ ਹੈਦਰਾਬਾਦ ਦੀ ਨੂੰ ਭੇਜਣ, ਤਾਂ ਜਾ ਕੇ
ਪਤਾ ਲੱਗੂਗਾ ਪੰਜਾਬ ਵਿੱਚ ਕੌਣ ਕਿਹਦੀ ਅਵਾੜੀ ਹੋ। ਮੇਅਰ ਸਾਹਿਬ ਵੀ ਮਿਲਣ ਆਏ ਸੀ, ਹੱਥ ਜੋੜ ਰਹੇ ਸੀ, ਕਹਿੰਦੇ ਕਿ ਮੇਅਰ ਸਾਹਿਬ ਬਿਲਕੁਲ ਝੂਠ ਬੋਲਦੇ ਨੇ। ਮੇਅਰ ਸਾਹਿਬ ਨੂੰ ਪੁੱਛਣਾ ਚਾਹੀਦਾ ਵੀ ਆਹ ਉਹਨਾਂ ਦਾ ਕਮਿਸ਼ਨਰ ਆ ਜਿਹੜਾ ਲੁਧਿਆਣਾ ਦਾ ਕਮਿਸ਼ਨਰ, ਮੈਂ ਤੁਹਾਡੇ ਜ਼ਰੀਏ ਦੱਸਾਂ, ਆਹ ਕਮਿਸ਼ਨਰ ਸਾਹਿਬ ਦੇ ਹੁਕਮ ਨੇਗੇ ਨਜਾਇਜ਼ ਉਸਾਰੀਆਂ ਦਾ ਸਰਵੇ ਕਰਾਉਣ ਲਈ ਕਮੇਟੀ ਦਾ ਗਠਨ ਕਰ, ਕਮੇਟੀਆਂ ਦਾ ਗਠਨ ਕਰਨ ਸੰਬੰਧੀ ਸਥਾਨਕ ਸਰਕਾਰਾਂ ਵੱਲੋਂ ਆ ਦੇਖ ਲਿਆ। ਮੈਂ ਦੱਸਦਾ ਸਥਾਨਕ ਸਰਕਾਰਾਂ ਵੱਲੋਂ ਹੋਏ ਹੁਕਮਾਂ ਅਨੁਸਾਰ ਲੁਧਿਆਣਾ ਸ਼ਹਿਰ ਵਿੱਚ ਹੋਂਜਾਂ ਨਜਾਇਜ਼ ਉਸਾਰੀਆਂ ਦਾ ਸਰਵੇ ਕੀਤਾ ਜਾਣਾ ਹੈ। ਇਸ ਸਰਵੇ ਸੰਬੰਧੀ ਰਿਪੋਰਟ ਸ਼੍ਰੀ ਬਲਵਿੰਦਰ ਸਿੰਘ ਸੇਖੋਂ DSP ਨਗਰ ਨਿਗਮ ਲੁਧਿਆਣਾ ਵੱਲੋਂ ਤਿਆਰ ਕੀਤੀ ਜਾਣੀ ਹੈ। ਇਸ ਮੰਤਵ ਲਈ ਹੇਠ ਲਿਖੇ ਅਨੁਸਾਰ ਕਮੇਟੀ ਦਾ ਗਠਨ ਕੀਤਾ ਜਾਂਦਾ ਹੈ। ਇਸ ਕਮੇਟੀ ਦੀ ਇਹ ਕਮੇਟੀ DSP ਨੂੰ ਨਜਾਇਜ਼ ਉਸਾਰੀਆਂ ਦੇ ਸਰਵੇ ਕਰਾਉਣ ਵਿੱਚ ਭਰਪੂਰ ਸਹਿਯੋਗ ਦੇਵੇਗੀ ਅਤੇ 3 ਦਿਨਾਂ ਦੇ ਅੰਦਰ ਅੰਦਰ ਰਿਪੋਰਟ ਪੇਸ਼ ਕਰੂਗੀ। ਉਹਦੇ ਵਿੱਚ ਕਿਹੜੇ ਕਿਹੜੇ ਸੀ? ਹਰਪਾਲ ਸਿੰਘ ਭੁੱਲਰ, ਵਿਜੇ ਕੁਮਾਰ, ਗੁਰਮੀਤ ਸਿੰਘ ਕਨਗੋ, ਬਲਵਿੰਦਰ ਸਿੰਘ ਪਟਵਾਰੀ। ਇਹ ਆਰਡਰ ਜਿਹੜੇ ਹੋਏ ਨੇ 31/7/2018 ਨੂੰ ਜਾਰੀ ਹੋਏ ਨੇਗੇ, 31/7/2018 ਨੂੰ ਮੀਮੋ ਨੰਬਰ 114 PS ਦੇ ਤਹਿਤ ਜਾਰੀ ਹੋਏ ਨੇ। ਆਹ ਦੇਖੋ, ਉਸੇ ਦਿਨ ਮੇਰੀ ਸੁਣੋ ਤਾਂ ਸਹੀ ਨਾ, ਇਹ ਡਾਕੂਮੈਂਟ ਮੇਰੇ ਨਹੀਂ ਬਣਾਏ ਹੋਏ, ਇਹ ਕਮਿਸ਼ਨਰ ਸਾਹਿਬ ਦੇ ਬਣਾਏ ਹੋਏ ਨੇਗੇ। ਉਸੇ ਦਿਨ ਸੇਮ ਡੇ 31/7/2018 ਨੂੰ ਮੀਮੋ ਨੰਬਰ 115 PS ਕਿਹਾ ਗਿਆ ਵੀ ਜਿਹੜੀ ਨਜਾਇਜ਼ ਉਸਾਰੀਆਂ ਦੀ ਕਮੇਟੀ ਬਣਾਈ ਸੀ ਉਹ ਰੱਦ ਕੀਤੀ ਜਾਂਦੀ ਹੈ। ਕੀ ਕਾਰਨ ਸੀਗਾ? ਕਮਿਸ਼ਨਰ ਸਾਹਿਬ 'ਤੇ ਕਿਹੜਾ ਦਬਾਅ ਆ ਗਿਆ ਸੀ ਘੰਟੇ ਦੇ ਵਿੱਚ ਕਿ ਉਹ ਇਨਕੁਆਇਰੀ ਕਮੇਟੀ ਰੱਦ ਕੀਤੀ ਗਈ? ਇੱਥੋਂ ਸਪਸ਼ਟ ਆ ਕਿ ਸਾਰਾ ਜਿਹੜਾ ਪ੍ਰਸ਼ਾਸਨ ਆ ਇੱਥੇ ਦਾ, ਜਿਹੜੇ ਆਫਿਸਰ ਨੇਗੇ, ਉਹ ਸਾਰੇ ਇਸ ਕਬਲੇ 'ਚ ਰਲੇ ਹੋਏ ਨੇਗੇ, ਸਾਰੇ ਕਬਲੇ ਨੂੰ ਦਬਾਉਣਾ ਚਾਹੁੰਦੇ ਨੇਗੇ। ਪਰ ਆਮ ਆਦਮੀ ਪਾਰਟੀ ਨੂੰ ਅੰਜਾਮ ਤੱਕ ਲੈ ਕੇ ਜਾਊਗੀ, ਲੋਕਾਂ ਦੀ ਲੜਾਈ ਲੜਦੀ ਰਹੂਗੀ। ਦੇਖੋ, ਮੈਨੂੰ ਤੁਹਾਡੇ ਜ਼ਰੀਏ ਪਤਾ ਲੱਗਿਆ ਵੀ ਗੱਠਜੋੜ ਹੋ ਰਿਹਾ, ਪਰ ਮੈਨੂੰ ਹਜੇ ਆਫਿਸ਼ੀਅਲੀ ਮੈਂ ਇਹਦੇ 'ਤੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ। ਜਦੋਂ ਮੈਨੂੰ ਆਫਿਸ਼ੀਅਲੀ ਪਤਾ ਲੱਗ ਗਿਆ ਫਿਰ ਮੈਂ ਤੇ ਕਮੈਂਟ ਕਰਾਂ। ਦੇਖੋ, ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕਿਆ ਵੀ ਮੈਂ ਜੇ ਮੈਨੂੰ ਤੁਹਾਡੇ ਜ਼ਰੀਏ ਪਤਾ ਲੱਗਿਆ, ਆਫਿਸ਼ੀਅਲੀ ਮੈਨੂੰ ਕੁਛ ਨਹੀਂ ਪਤਾ, ਜਦੋਂ ਆਫਿਸ਼ੀਅਲੀ ਮੈਨੂੰ ਪਤਾ ਲੱਗੂ ਮੈਂ ਤੁਹਾਨੂੰ ਕਮੈਂਟ ਕਰੂੰਗਾ। ਹਾਂਜੀ, ਹਮ ਆਸ਼ੂ ਜੀ ਕਾ ਅਸਤੀਫਾ ਮੰਗ ਰਹੇ ਹੈ ਕਿ ਪੰਜਾਬ ਮੇ ਐਸੇ ਭ੍ਰਿਸ਼ਟ ਮੰਤਰੀ ਕੋ ਤੁਰੰਤ ਬਰਖਾਸਤ ਕੀਆ ਜਾਏ। ਇਨਕੇ ਖਿਲਾਫ ਜੇ ਲੋਕ ਕਿਤਨੇ ਆ ਕੇ ਬੋਲ ਰਹੇ ਹੈ, ਕਹਾਂ ਕਹਾਂ ਇਹਨਾਂ ਨੂੰ ਕਬਜ਼ਾ ਕੀਆ ਹੋਇਆ? ਦੇਖੋ, ਜਿਹੜਾ ਵੀ ਕਰਪਸ਼ਨ ਕਰਦਾ, ਚਾਹੇ ਕੋਈ ਵੀ ਆ, ਚਾਹੇ ਉਹ ਆਮ ਆਦਮੀ ਪਾਰਟੀ ਦਾ ਬੰਦਾ, ਚਾਹੇ ਮੈਂ ਆ ਜਾਂ ਕੋਈ ਹੋਰ ਆ, ਜਿਹੜਾ ਕਰਪਸ਼ਨ ਕਰਦਾ ਆਮ ਆਦਮੀ ਪਾਰਟੀ ਦਾ ਪਹਿਲਾ ਮੋਢਾ, ਉਹਦੇ ਖਿਲਾਫ਼ ਅਸੀਂ ਲੜਦੇ ਰਹਾਂਗੇ, ਲੜਾਂਗੇ ਉਹਦੇ।